ਇਹਦੀ ਕੱਲ ਦੀ ਬੱਤੀ ਬੰਦ ਹੋਈ, ਸਾਡੇ ਤਾਰਾਂ ਖੜ ਜਾਂਦੀਆਂ, ਮਹੀਨਾ ਹੋ ਗਿਆ ਸਾਡੀ ਕੋਈ ਤੇ ਸੁਣਨ ਨੀ ਡਿਆ। ਘੜੀ ਪਾ ਲਾਉਂਦੇ ਨੇ ਤਾਰਾਂ, ਅਸੀਂ ਆਪ ਆਪਣੇ ਕੋਲ ਪੈਸੇ ਲੈ ਲੈ ਬਦਲਣ ਡੇ ਆ, ਸਾਨੂੰ ਬੱਤੀ ਚਾਹੀਦੀ ਆ, ਅਸੀਂ ਆਪ ਆਪਣੇ ਕੋਲ ਪੈਸੇ ਲੈ ਲੈ ਬੱਤੀ ਲਾ ਲੈਂਦੇ ਆ। ਸਵੇਰੇ 9 ਵਜੇ ਦੀ ਬੱਤੀ ਬੰਦ ਆ, ਸਵੇਰੇ 9 ਵਜੇ ਦੀ, ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨਾਲੇ ਹੱਲ ਕੀਤਾ। ਇਹ ਸਰ ਇਸ ਕਰਕੇ ਲਾਇਆ ਵਾ, ਇਹ ਸਵੇਰੇ 9 ਵਜੇ ਦੀ ਬੱਤੀ ਬੰਦ ਆ ਤੇ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਗਾ, ਤੇ ਸਾਰੀ ਦੁਨੀਆਂ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬੜੇ ਔਖੇ ਸਨ, ਤੰਗ ਨੇ, ਇਸ ਕਰਕੇ ਧਰਨਾ ਲਾਇਆ ਗਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਵੇ। ਜੀ ਸਵੇਰੇ 9 ਵਜੇ ਦੀ ਬੱਤੀ ਬੰਦ ਆ, ਸਵੇਰੇ 9 ਵਜੇ ਦੀ, ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨਾਲੇ ਹੱਲ ਕੀਤਾ। ਸਾਨੂੰ ਕੀ ਫਾਇਦਾ ਹੋਇਆ, ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਇੱਥੇ ਆਏ ਰਹੇ, ਬੱਚੇ ਸਕੂਲਾਂ ਤੋਂ ਲੱਗੇ, ਕੀ ਫਾਇਦਾ ਹੋਇਆ ਸਾਨੂੰ ਇਹਦੇ ਨਾਲ, ਸਾਨੂੰ ਮੁੱਲ ਬੱਤੀ ਦੇ ਦੇਣਾ ਨੂੰ ਚੰਗੀ ਗਰਮੀ ਬਹੁਤ ਜ਼ਿਆਦਾ, ਇੱਕ ਗਰਮੀ ਬਹੁਤ ਜ਼ਿਆਦਾ ਹੈ, ਕੀ ਕਰਨ ਬੱਚੇ ਦੇ। ਮਹੀਨਾ ਹੋ ਗਿਆ ਸਾਡੀ ਕੋਈ ਤੇ ਸੁਣਨ ਨੀ ਡਿਆ, ਘੜੀ ਪਾ ਲਾਉਂਦੇ ਨੇ ਤਾਰਾਂ, ਅਸੀਂ ਆਪ ਆਪਣੇ ਕੋਲ ਪੈਸੇ ਲੈ ਲੈ ਬਦਲਣ ਡੇ ਆ, ਸਾਨੂੰ ਬੱਤੀ ਚਾਹੀਦੀ ਆ, ਅਸੀਂ ਆਪ ਆਪਣੇ ਕੋਲ ਪੈਸੇ ਲੈ ਲੈ ਬੱਤੀ ਲਾ ਲੈਂਦੇ ਆ। ਜੀ ਸਵੇਰੇ 9 ਵਜੇ ਦੀ ਬੱਤੀ ਬੰਦ ਆ, ਸਵੇਰੇ 9 ਵਜੇ ਦੀ, ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨਾਲੇ ਹੱਲ ਕੀਤਾ। ਇਹ ਸਰ ਇਸ ਕਰਕੇ ਲਾਇਆ ਵਾ, ਇਹ ਸਵੇਰੇ 9 ਵਜੇ ਦੀ ਬੱਤੀ ਬੰਦ ਆ ਤੇ ਕਿਸੇ ਦੇ ਘਰ ਪਾਣੀ ਦਾ ਘੁੱਟ ਨਹੀਂ ਗਾ, ਤੇ ਸਾਰੀ ਦੁਨੀਆਂ ਜਿਹੜੀ ਆ ਸਾਡੇ ਮਹੱਲੇ ਦੇ ਸਾਰੇ ਲੋਕ ਬੜੇ ਔਖੇ ਸਨ, ਤੰਗ ਨੇ, ਇਸ ਕਰਕੇ ਧਰਨਾ ਲਾਇਆ ਗਿਆ ਵਾ ਕਿ ਸਾਡਾ ਬੱਤੀ ਦਾ ਮਸਲਾ ਹੱਲ ਹੋ ਜਾਵੇ। ਕਿੰਨੇ ਵਜੇ ਦੀ ਬੱਤੀ ਗਈ? ਇਹ ਜੀ ਸਵੇਰੇ 9 ਵਜੇ ਦੀ ਬੱਤੀ ਬੰਦ ਆ, ਸਵੇਰੇ 9 ਵਜੇ ਦੀ, ਤੇ ਅਜੇ ਤੱਕ ਸਾਡਾ ਕੋਈ ਮਸਲਾ ਨਹੀਂ ਨਾਲੇ ਹੱਲ ਕੀਤਾ। ਸਾਨੂੰ ਕੀ ਫਾਇਦਾ ਹੋਇਆ, ਸਾਨੂੰ ਕੀ ਫਾਇਦਾ ਹੋਇਆ ਜੇ ਸਾਡੇ ਬੱਚੇ ਇੱਥੇ ਆਏ ਰਹੇ, ਬੱਚੇ ਸਕੂਲਾਂ ਤੋਂ ਲੱਗੇ, ਕੀ ਫਾਇਦਾ ਹੋਇਆ ਸਾਨੂੰ ਇਹਦੇ ਨਾਲ, ਸਾਨੂੰ ਮੁੱਲ ਬੱਤੀ ਦੇ ਦੇਣਾ ਨੂੰ ਚੰਗੀ ਗਰਮੀ ਬਹੁਤ ਜ਼ਿਆਦਾ, ਇੱਕ ਗਰਮੀ ਬਹੁਤ ਜ਼ਿਆਦਾ ਹੈ, ਕੀ ਕਰਨ ਬੱਚੇ ਦੇ। ਸਾਨੂੰ ਬੱਤੀ ਚਾਹੀਦੀ ਹੈ।